ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸੁੰਦਰ ਹੈ। ਤੁਹਾਡਾ ਘਰ ਕਿੱਥੇ ਹੈ? ਆ ਮੱਛੀ ਮੰਡੀ ਸੁਰਗੇ। ਅੱਜ ਸਵੇਰੇ ਕਿੰਨੇ ਵਜੇ ਆਈ ਹੈਗੀ ਹੈ? ਕੌਣ ਆਇਆ ਹੈਗਾ ਤੁਹਾਡੇ ਘਰੇ? ਸਾਨੂੰ ਪਤਾ ਨਹੀਂ, ਵੈਸੇ ਚੰਡੀਗੜ੍ਹ ਤੋਂ ਕਹਿੰਦੇ ਦੱਸਦੇ ਵੀ ਅਸੀਂ ਚੰਡੀਗੜ੍ਹ ਤੋਂ ਆਏ ਹਾਂ। ਐਨਆਈਏ ਦੀ ਟੀਮ ਆਈ? ਹਾਂਜੀ। ਅੱਛਾ, ਕੀ ਹੋਇਆ ਕੀ ਹੈ? ਸਾਨੂੰ ਤਾਂ ਸਰ ਕੋਈ ਪਤਾ ਨਹੀਂ ਸੀ ਵੀ ਕੀ ਹੋਇਆ ਕੀ ਨਹੀਂ ਹੋਇਆ। ਨਾ ਹੀ ਉਂਝ ਸਾਨੂੰ ਇੰਨਾ ਪਤਾ ਹੈ ਵੀ ਸਾਡਾ ਬੱਚਾ ਕੋਈ ਫੋਨ ਕਿਸੇ ਤੇ ਕਰਦਾ ਕਿ ਨਹੀਂ ਕਰਦਾ। ਸਾਡਾ ਮੁੰਡਾ ਤਾਂ ਕੰਮ ਕਰਦਾ, ਇੱਕ ਦਿਹਾੜੀ ਲਿਆ ਕੇ ਸਾਨੂੰ ਦਿੰਦਾ। ਸਾਡੇ ਉੱਤੇ ਤਾਂ 5-4 ਲੱਖ ਰੁਪਈਆ ਚੜਿਆ ਹੋਇਆ, ਅਸੀਂ ਤਾਂ ਮਸਾਂ ਲਾਉਂਦੇ ਪਏ। ਹਰ ਮਹੀਨੇ ਅਸੀਂ 5-7-12 ਹਜ਼ਾਰ ਰੁਪਈਆ ਤਾਰਦੇ ਹਾਂ ਖਾਣ ਤੋਂ ਬਗੈਰ। ਸਾਡੇ ਘਰ ਤਾਂ ਅਸੀਂ ਨਿੱਤ ਲਿਆ ਕੇ ਕਮਾਈ ਕਰਕੇ ਤੇ 20-30 ਰੁਪਏ ਦੀ ਖੰਡ ਕਰਨੀ। ਤੇ ਕਹਿੰਦੇ ਕੀ ਫਿਰ ਸਵੇਰੇ ਜਦੋਂ ਆਏ ਹੈਗੇ, ਕਿੰਨੇ ਵਜੇ ਆਏ ਸੀਗੇ? ਇਹਨਾਂ ਨੇ ਕਿਹਾ ਵੀ ਜੋਰਾ ਕਿੱਥੇ, ਜੋਰਾ ਕਿੱਥੇ ਆ। ਮੈਂ ਕਿਹਾ ਸਰ ਜੋਰਾ ਵੀ ਦੱਸ ਦਾਂਗੇ, ਸਾਨੂੰ ਦੱਸੋ ਗੱਲ ਕੀ ਹੈ। ਸਾਡੇ ਤੋਂ ਧੱਕੋ ਧੱਕੀ ਦਾ ਉਹ ਅੰਦਰ ਵੜੀ ਗਏ। ਪਰ ਮੈਂ ਕਿਹਾ ਵੀ ਉਹ ਆਪਣੀ ਜਨਾਨੀ ਨਾਲ ਪਿਆ ਹੋਇਆ, ਮੈਂ ਜੇਰਾ ਕਰੋ ਬੈਠੋ, ਸਾਨੂੰ ਮੈਂ ਠਾ ਦਿੰਦਾ। ਬੈਠੇ, ਉਹਨੂੰ ਉਠਾਇਆ ਬੁਲਾਇਆ, ਫਿਰ ਵੀ ਜੇ ਇਹਨਾਂ ਨੇ ਦੱਸਿਆ ਵੀ ਇਹਦੀ ਕਿਸੇ ਬਾਹਰ ਦੇ ਬੰਦੇ ਨਾਲ ਕੋਈ ਗੱਲ ਆ, ਮੈਨੂੰ ਸਰ ਨੇ ਦੱਸਿਆ। ਤੇ ਮੈਂ ਮੇਰੀ ਬੇਨਤੀ ਆ ਕਿ ਉਹਨਾਂ ਜਿਹੜੇ ਲੋਕ ਇਹ ਫੋਨ ਕਰਦੇ ਆ ਉਹਨਾਂ ਨੂੰ ਕੈਚ ਕਰਨ ਦੀ ਸਰਕਾਰ ਨੂੰ ਚਾਹੀਦੀ ਗੱਲ ਕਰਨੀ। ਪਰ ਜੇ ਇਹ ਨੀ ਪਤਾ ਵੀ ਉਹ ਕਿੱਥੇ ਬੈਠੇ ਨੇ ਕਿੱਥੇ ਨੇ, ਸਰਕਾਰ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦਿੱਤੀ ਹੋਈ ਆ। ਪਰ ਕੀ ਉਹਦਾ ਪਤਾ ਨੀ ਜੀ, ਉਹਦਾ ਨਾਮ ਸਾਡੇ ਮੁੰਡੇ ਦਾ ਨਾਂ ਜੋਰਾ। ਕੀ ਤੁਹਾਨੂੰ ਅਫਸਰਾਂ ਨੇ ਕੀ ਕਿਹਾ ਹੈਗਾ ਸੀਗਾ? ਇਹ ਕਹਿੰਦੇ ਨੇ ਵੀ ਇਹ ਅਸਲਾ ਮੰਗਾ ਰਿਹਾ ਹੈ, ਕੋਈ ਉਹਦੇ ਫੋਨ ਦੇ ਵਿੱਚ ਕਿਸੇ ਮੁੰਡੇ ਤੋਂ ਪਤਾ ਨਹੀਂ ਉਹਨੇ ਪਿਸਤੌਲ ਤੇ ਫੋਟੋ ਖਿੱਚੀ ਹੋਈ ਸੀ, ਉਹ ਵੀ ਉਹਨਾਂ ਨੂੰ ਮਿਲੀ। ਕੋਈ ਸ਼ਾਇਦ ਉਹਨਾਂ ਨੇ ਵਿਖਾਇਆ ਵੀ ਆਹ ਗੱਲਾਂ ਕਰਦਾ ਰਿਹਾ, ਸਾਨੂੰ ਨਹੀਂ ਪਤਾ ਵੀ ਉਹਨੇ ਕਿੱਥੇ ਗੱਲਾਂ ਬਹਿ ਕੇ ਕੀਤੀਆਂ ਕਿੱਥੇ ਨਹੀਂ, ਕਿ ਘਰੇ ਕੀਤੀਆਂ ਜਾਂ ਬਾਹਰ ਕੀਤੀਆਂ, ਇਸ ਬਾਰੇ ਸਾਨੂੰ ਕੋਈ ਪਤਾ। ਪਰ ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਦੋਸ਼ ਆ, ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਸਰਕਾਰ ਦਾ ਹੱਕ ਆ ਵੀ ਫੜਨਾ ਚਾਹੀਦਾ। ਤਾਂ ਹੁਣ ਕਿੱਥੇ ਲੈ ਕੇ ਆਏ ਹੋ, ਕਿੱਥੇ ਬੈਠੇ ਹੋ? ਹੁਣ ਅਸੀਂ ਸਿੱਧੀ ਥਾਣੇ ਦੇ ਬਾਹਰ ਬੈਠੇ ਹਾਂ। ਕਿੰਨੇ ਬੰਦੇ ਆਏ ਹੈਗੇ ਸੀ? ਕਾਫੀ ਜਾਣੇ ਪੁਲਿਸ ਹੈ, ਮੈਂ ਕੋਈ ਗਿਣੀ ਨਹੀਂ। ਅੱਛਾ, ਸਾਰੇ ਕੋਈ ਥਾਣੇਦਾਰ ਹੀ, ਕੋਈ ਇੰਸਪੈਕਟਰ, ਸਿਵਲ ਵਰਦੀ ਚ ਵੀ ਆਏ ਸੀ? ਸਿਵਲ ਵਰਦੀ ਵਿੱਚ ਵੀ ਆਏ ਸੀ। ਐਨਆਈਏ ਵਾਲੇ ਵਿੱਚ? ਹਾਂਜੀ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਸੁੰਦਰ ਹੈ। ਤੁਹਾਡੇ ਬੇਟੇ ਦਾ ਨਾਮ ਪੂਰਾ ਕੀ ਹੈ? ਉਹਦਾ ਨਾਮ ਜੋਨਸ ਆ, ਤੇ ਜੋਰਾ ਵੀ ਆਣੇ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।